ਸੋ ਤੁਹਾਨੂੰ ਅੱਜ ਲੈ ਕੇ ਚੱਲਦੇ ਹਾਂ ਦੁਬਈ ਦੀਆਂ ਪਹਾੜੀਆਂ ਦੇ ਵਿੱਚ। ਸੋ ਅੱਜ ਆਪਾਂ ਹੈਗੇ ਹਾਂ ਦੁਬਈ ਦੇ 7 ਸਟੇਟਾਂ ਦੇ ਵਿੱਚੋਂ, UAE ਦੀਆਂ 7 ਸਟੇਟਾਂ ਦੇ ਵਿੱਚੋਂ ਇੱਕ ਸਟੇਟ ਫਜੀਰਾ, ਜੋ ਕਿ ਪੂਰਾ ਪਹਾੜੀਆਂ ਦੇ ਨਾਲ ਘਿਰਿਆ ਹੋਇਆ। ਇੱਥੋਂ ਦੇ ਪੱਥਰ ਦੇ ਵਿੱਚ ਜਾਂ ਕੋਈ ਕੈਮੀਕਲ ਜਾਂ ਲੋਹਾ ਪਾਇਆ ਜਾਂਦਾ ਜੋ ਕਿ ਬਾਹਰ ਜਾਂ ਫੋਰਨ ਜ਼ਿਆਦਾ ਇੰਡੀਆ ਜਾਂਦਾ, ਇੰਡੀਆ ਦੀਆਂ ਟਾਟਾ ਜਾਂ ਕਾਫੀ ਵੱਡੀਆਂ ਕੰਪਨੀਆਂ ਖਰੀਦਦੀਆਂ ਨੇ। ਅਤੇ ਤੁਸੀਂ ਜਾਣਦੇ ਹੋ ਕਿ ਦੁਬਈ ਦਾ ਲਾਈਸੈਂਸ ਬਹੁਤ ਡਿਫੀਕਲਟ, ਬਹੁਤ ਟੈਸਟ ਦੇ ਬਾਅਦ ਮਿਲਦਾ, ਪਰ ਮੈਨੂੰ ਲੱਗਦਾ ਕਿ ਅਸਲੀ ਟੈਸਟ ਇਹਨਾਂ ਪਹਾੜੀਆਂ 'ਤੇ ਹੁੰਦਾ ਜਦੋਂ 28 ਟਨ ਦਾ ਟ੍ਰੇਲਰ ਹੁੰਦਾ ਅਤੇ ਉੱਪਰ 85 ਤੋਂ 90 ਟਨ ਪੱਥਰ ਲੋਡ ਕੀਤਾ ਹੁੰਦਾ ਅਤੇ ਸਾਹਮਣੇ ਹੁੰਦੀ ਹੈ ਡਾਊਨ ਪਹਾੜੀ ਤੋਂ। ਤੋ ਆਹ ਡਾਊਨ ਦੇ ਵਿੱਚ ਆਪਾਂ ਆ ਰਹੇ ਹਾਂ, ਪੂਰਾ ਬਲੌਗ ਦੇਖਿਓ, ਅੱਗੇ ਜਾ ਕੇ ਤੁਹਾਨੂੰ ਲੱਗਦਾ ਦੱਸ ਦਿਓ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਸਾਡੇ ਇਸ ਵਲੋਗ 'ਤੇ। ਸੋ ਅੱਜ ਆਪਾਂ ਲੋਡਿੰਗ ਕਰਨ ਆਏ ਹਾਂ ਟਰੱਕ ਦੁਬਈ ਦੇ ਵਿੱਚ, ਬਹੁਤ ਅੰਦਰ ਆਏ ਹਾਂ ਪਹਾੜਾਂ ਦੇ, ਬਹੁਤ ਹੀ ਉੱਪਰੇ ਆਏ ਹਾਂ ਅਤੇ ਵਿਊ ਦੇਖੋ ਇੱਥੇ ਕਿੰਨਾ ਸੋਹਣਾ, ਜਿਵੇਂ ਆਪਣੇ ਲੇਹ ਲੱਦਾਖ ਦੇ ਵਿੱਚ ਐਵੇਂ ਵਿਊ ਆ। ਪਰ ਇੱਥੇ ਪੱਥਰਾਂ ਦੇ ਵਿੱਚ ਕੋਈ ਘਾਹ ਜਾਂ ਕੋਈ ਉੱਗਦਾ ਨਹੀਂ, ਪਤਾ ਨਹੀਂ ਕਿਹੜਾ ਕੈਮੀਕਲ ਆ, ਇਹ ਇੰਡੀਆ ਜਾਂਦਾ। ਤੁਹਾਨੂੰ ਮੈਂ ਦਿਖਾਉਣਾ, ਦੇਖੋ ਕਿੰਨਾ ਸੋਹਣਾ ਵਿਊ ਆ। ਅਸੀਂ ਅੱਗੇ ਦੀ ਅੱਗੇ ਆ ਗਏ, ਘੱਟੋ 10-15 ਕਿਲੋਮੀਟਰ ਅੱਗੇ ਆ ਗਏ ਚੜ੍ਹਾਈ ਚੜ੍ਹ ਕੇ। ਇਹ ਹੈਵੀ ਟਰੱਕ ਨੇ, ਇੱਥੋਂ ਦੇ ਕਰੂਗਾ 80-85-90 ਟਨ ਤੱਕ ਚੱਕਦੇ ਆ ਬਿਨਾਂ ਟਰੱਕ ਤੋਂ। ਟਰੱਕ ਦਾ ਇਕੱਲਾ ਵਜ਼ਨ 27 ਟਨ ਅਤੇ ਉੱਪਰ ਹੋ ਜਾਂਦਾ 80-85 ਟਨ 90 ਟਨ ਤੱਕ। ਅਤੇ ਅੱਗੇ ਵੀ ਅੱਗੇ ਕ੍ਰੈਸ਼ਰ ਇੱਕ ਹੋਰ, ਬੜਾ ਸੋਹਣਾ ਵਿਊ ਹੈ ਇੱਥੇ। ਤੁਹਾਨੂੰ ਮੈਂ ਰਸਤਾ ਦਾ ਵੀ ਦਿਖਾਇਆ ਵੀਡੀਓ ਐਂਟਰੀ ਦਾ, ਉਸ
ਪਹੁੰਚਿਆ ਕਿਵੇਂ ਲੱਗਿਆ? ਹਾਂ, ਇੱਥੋਂ ਦੀ ਲੋਡਿੰਗ ਚੱਲਦੀ ਆ, ਇੱਕ ਸ਼ਾਵਲ ਲੱਗਿਆ ਹੋਇਆ। ਭਾਅ ਜੀ, ਆਪਾਂ ਆਹ ਲੋਡਿੰਗ ਤਾਂ ਨਹੀਂ ਕਰਨਾ ਪੱਥਰਾਂ 'ਤੇ, ਇੱਕ ਉੱਧਰ ਜਲਦੀ ਉੱਧਰ ਕਰਾਵਾਂਗੇ ਲੋਡ, ਉਹ ਜਲਦੀ ਉੱਥੇ ਪਹਾੜਾਂ 'ਚ ਟਰੱਕ ਚਲਾਉਣ ਦਾ ਆਪਣੇ ਕਿਵੇਂ ਜਿਹਾ ਰਸਤੇ ਦੇਖੋ, ਕਿੰਨੇ ਸੋਹਣੇ ਹੈਗੇ, ਕੱਚੇ ਆ। ਆਹ ਗੱਡੀ ਵੈਸੇ ਆਪਣੇ ਪਿੱਛੇ ਆਈ ਆ, ਪਰ ਕੋਈ ਗੱਲ ਨਹੀਂ, ਇੱਕ ਗੱਡੀ ਨਾਲ ਕੋਈ ਫਰਕ ਨਹੀਂ ਪੈਂਦਾ। ਦੋਸਤੋ, ਪਹਾੜਾਂ ਦੇ ਵਿੱਚ ਗੱਡੀ ਚਲਾਉਣੀ ਥੋੜ੍ਹੀ ਜਿਹੀ ਹੈਗੀ ਟਫ ਆ। ਬ੍ਰੇਕਿੰਗ ਸਿਸਟਮ ਆ ਜਿਹੜਾ ਇਹਦਾ, ABS ਆ, ਏਅਰ ਬ੍ਰੇਕ ਸਿਸਟਮ ਆ, ਅਤੇ ਪਾਈਪ ਜਾਂ ਹਵਾ ਘੱਟਦੇ ਹੋਏ ਤਾਂ ਕਾਫੀ ਦਿੱਕਤ ਆਉਂਦੀ ਆ, ਕਿਉਂਕਿ ਇੱਥੇ ਕਦੀ ਵੀ ਚੜ੍ਹਾਈ ਆ ਜਾਂਦੀ, ਕਈ ਵਾਰ ਡਾਊਨ ਆ ਜਾਂਦੀ ਆ, ਅਤੇ ਜ਼ਿਆਦਾਤਰ ਮੁਸ਼ਕਿਲ ਆਉਂਦੀ ਆ ਡਾਊਨ 'ਤੇ, ਕਿਉਂਕਿ ਲੋਡ ਹੁੰਦਾ ਜ਼ਿਆਦਾ ਅਤੇ ਥੱਲੇ ਨੂੰ ਧੱਕ ਮਾਰਦਾ, ਅਤੇ ਬ੍ਰੇਕ ਅਤੇ ਸਿਸਟਮ ਥੋੜ੍ਹਾ ਪ੍ਰੋਬਲਮ ਆ ਵੀ ਸਕਦੀ, ਜੇ ਆ ਜਾਵੇ ਤਾਂ ਬੜੀ ਮੁਸ਼ਕਿਲ ਆ। ਇਹਨਾਂ ਗੱਲਾਂ ਦਾ ਧਿਆਨ ਰੱਖਦੇ ਅੱਗੇ ਜਾਣਾ ਪੈਂਦਾ, ਅਤੇ ਬਾਕੀ ਰਿਸਕ ਤਾਂ ਹਰ ਇੱਕ ਕੰਮ 'ਤੇ ਆ ਜੋ ਆਪਾਂ ਕੋਈ ਵੀ ਕਰਦੇ ਹਾਂ। ਜ਼ਿਆਦਾਤਰ ਪੱਥਰ ਜਿਹੜੇ ਕ੍ਰੈਸ਼ਰ ਨੇ ਇਹ ਪਹਾੜਾਂ 'ਚ ਹੀ ਹੁੰਦੇ ਆ, ਕਿਤੇ ਵੀ ਹੋਣ ਤਾਂ ਪੱਥਰ ਪਹਾੜਾਂ 'ਤੇ ਮਿਲਦੇ ਆ, ਅਤੇ ਕਈ ਵਾਰੀ ਜਿਹੜੇ ਕ੍ਰੈਸ਼ਰ ਨੇ ਬਹੁਤ ਅੰਦਰ ਜਾ ਕੇ ਆ ਅਤੇ ਬਹੁਤ ਉੱਤੇ ਜਾ ਕੇ ਆ, ਜਿਵੇਂ ਆਹ, ਬਾਕੀ ਤਾਂ ਕਰੀਬ 8-10 ਕਿਲੋਮੀਟਰ, 9-10 ਕਿਲੋਮੀਟਰ ਦੇ ਹੁੰਦੇ ਆ, ਇਹ ਜ਼ਿਆਦਾ ਉਹਨਾਂ ਨਾਲੋਂ ਵੀ ਅੱਗੇ 10 ਕਿਲੋਮੀਟਰ ਅੱਗੇ ਆ, ਅਤੇ ਕਰੀਬ 2-2.5 ਘੰਟੇ ਦਾ ਰਸਤਾ ਅਸੀਂ ਪਹਾੜਾਂ 'ਚ ਤੈਅ ਕਰਕੇ ਇੱਥੇ ਪਹੁੰਚਦੇ ਹਾਂ, ਅਤੇ ਫਿਰ ਇੱਥੋਂ ਲੋਡ ਕਰਕੇ ਅੱਗੇ ਰੋਡ 'ਤੇ ਜਾਂਦੇ। ਹਾਂਜੀ, ਹੁਣ ਹੋ ਗਈ ਆਪਣੀ ਗੱਡੀ ਲੋਡ, ਅਤੇ ਹੁਣ ਆਪਾਂ ਚੱਲਦੇ ਹਾਂ ਅੱਗੇ। Thank you.